ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਰੇਦਾਰ ਚੈਨਲ ਦੇਖ ਰਹੇ ਦਰਸ਼ਕਾਂ ਦਾ ਪਹਿਰੀ ਨਾਲ ਰੱਤੂ ਸਵਾਗਤ ਕਰਦੀ ਹਾਂ। ਹਾਜ਼ਰ ਹਾਂ ਤੁਹਾਡੇ ਲਈ ਅੱਜ ਦਾ ਮੁੱਦਾ ਪ੍ਰੋਗਰਾਮ ਲੈ ਕੇ। ਸਾਡਾ ਅੱਜ ਦਾ ਮੁੱਦਾ ਹੈ, ਕੇਂਦਰੀ ਮੰਤਰੀ ਮੰਡਲ ਨੇ ਸਹਿਜਧਾਰੀ ਵੋਟਾਂ ਦੇ ਮੁੱਦੇ ਤੇ ਫੈਸਲਾ ਲੈ ਕੇ ਸਹਿਜਧਾਰੀ ਨੂੰ ਵੋਟ ਪਾਉਣ ਦੇ ਹੱਕ ਤੋਂ ਵਰਜਿਤ ਕਰ ਦਿੱਤਾ ਹੈ। ਸਾਡਾ ਅੱਜ ਦਾ ਮੁੱਦਾ ਇਸੇ ਸੰਬੰਧੀ। ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੀਰਾ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਕੇਂਦਰੀ ਮੰਤਰੀ ਮੰਡਲ ਨੇ ਸਹਿਜਧਾਰੀਆਂ ਦੇ ਵਿਰੁੱਧ ਦੇ ਵਿੱਚ ਫੈਸਲਾ ਲਿਆ ਹੈ, ਤੁਸੀਂ ਉਸ ਨੂੰ ਕਿਵੇਂ ਦੇਖਦੇ ਹੋ? ਦੇਖੋ ਵੀ ਬਾਈ, ਜਿਹੜਾ ਇਹ ਫੈਸਲਾ ਹੈ, ਫੈਸਲਾ ਪੂਰੀ ਤਰ੍ਹਾਂ ਦਰੁਸਤ ਹੈ। 1925 'ਚ ਜਿਹੜਾ ਗੁਰਦੁਆਰਾ ਐਕਟ ਬਣਿਆ, ਮੈਂ ਸਮਝਦਾ ਕਿ ਹੁਣ ਉਹ ਮੌਕਾ ਆ ਗਿਆ ਕਿ ਉਸ ਐਕਟ ਦੇ ਵਿੱਚ ਜਿਹੜੀਆਂ ਕਮੀਆਂ ਪੇਸ਼ੀਆਂ ਨੇ, ਘੱਟੋ ਘੱਟ ਉਹਨਾਂ ਨੂੰ ਪੂਰਨ ਰੂਪ ਦੇ ਵਿੱਚ ਸੁਧਾਰ ਦਿੱਤਾ ਜਾਵੇ, ਉਹਦੇ ਵਿੱਚ ਪੂਰਨ ਰੂਪ ਦੇ ਵਿੱਚ ਸੋਧ ਕਰ ਦਿੱਤੀ ਜਾਵੇ। ਸੋ ਇਹ ਜਿਹੜਾ ਮੁੱਦਾ ਸਾਡੇ ਸਾਹਮਣੇ ਉੱਭਰ ਕੇ ਆਇਆ ਸੀ, ਸਹਿਜਧਾਰੀ ਵੋਟਾਂ ਦਾ ਮੁੱਦਾ, ਅਤੇ ਉਸ ਸਹਿਜਧਾਰੀ ਵੋਟਾਂ ਦੇ ਮੁੱਦੇ ਨੇ, ਮਤਲਬ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ 'ਚ ਵੀ ਅਸੀਂ ਸਮਝ ਸਕਦੇ ਹਾਂ, ਸ਼੍ਰੋਮਣੀ ਕਮੇਟੀ ਨੂੰ ਪੂਰੀ ਤਰ੍ਹਾਂ ਜਿਹੜਾ ਸਿਆਸੀਕਰਨ ਹੋਇਆ, ਉਹ ਗੱਲ ਵੀ ਅਸੀਂ ਸਮਝ ਸਕਦੇ ਹਾਂ। ਇੱਕ ਤਰ੍ਹਾਂ ਇਹ ਕਿ ਸਿੱਖਾਂ ਦੇ ਜਿਹੜੇ ਹੱਕ ਨੇ ਉਹਨਾਂ 'ਤੇ ਇਹ ਇੱਕ ਡਾਕਾ ਸੀ, ਭਾਵੇਂ ਕਿ ਸਹਿਜਧਾਰੀ ਕੌਣ ਆ, ਇਹਦੀ ਪਰਿਭਾਸ਼ਾ ਕੀ ਆ, ਇਹ ਮੁੱਦੇ ਜਿਹੜੇ ਸਿੱਖ ਦੀ ਪਰਿਭਾਸ਼ਾ ਕੀ ਆ, ਇਹ ਜਿਹੜੇ ਕੌਮ ਦੇ ਬੁਨਿਆਦੀ ਗੱਲਾਂ ਨੇ, ਇਹ ਅਦਾਲਤਾਂ 'ਚ ਚਲੀਆਂ ਗਈਆਂ। ਹਾਂਜੀ, ਮਤਲਬ ਇਹ ਮੈਂ ਸਮਝਦਾ ਕਿ ਸ਼ਾਇਦ ਦੁਨੀਆ 'ਚ ਪਹਿਲੀ ਉਦਾਹਰਨ ਹੋਊ ਕਿ ਕਿਸੇ ਵਿਅਕਤੀ ਬਾਰੇ ਕਿ ਉਹਦਾ ਧਰਮ ਕੀ ਆ, ਇਹਦੀ ਪਰਿਭਾਸ਼ਾ ਅਦਾਲਤ ਕਰੇ। ਹਾਂਜੀ, ਸਿੱਖ ਕੀ ਆ, ਸਹਿਜਧਾਰੀ ਸਿੱਖ ਕੀ ਆ, ਇਹਦੀ ਪਰਿਭਾਸ਼ਾ ਅਦਾਲਤ ਕਰੇ। ਜੀ, ਸੋ ਹੁਣ ਜਿਹੜਾ ਸਾਡੇ ਕੋਲ ਚੱਲ ਰਿਹਾ ਸੀ ਕਿ ਅੱਜ 4 ਸਾਲ ਤੋਂ ਵੱਧ ਸਮਾਂ ਹੋ ਗਿਆ ਉਹਦੀ ਜਿਹੜੀ ਨਵੀਂ ਸ਼੍ਰੋਮਣੀ ਕਮੇਟੀ ਚੁਣੀ ਗਈ ਆ, ਉਹਦੀ ਮਿਆਦ ਵੀ ਖਤਮ ਹੋਣ ਵਾਲੀ ਆ, ਸਤੰਬਰ 'ਚ ਉਹਦੀ ਮਿਆਦ ਖਤਮ ਹੋ ਜਾਣੀ ਆ, ਪਰੰਤੂ ਹੁਣ ਤੱਕ ਜਿਹੜੇ ਉਹਦੇ ਚੁਣੇ ਗਏ ਮੈਂਬਰ ਸੀ ਉਹ ਨੋਟੀਫਾਈ ਨਹੀਂ ਹੋਏ ਜੀ, ਉਹਨਾਂ ਨੂੰ ਸਹੁੰ ਨਹੀਂ ਚੁਕਾਈ ਗਈ ਉਹਨਾਂ ਦੇ ਅਹੁਦੇ ਦੀ, ਮਤਲਬ ਉਹ ਜਿਹੜਾ ਇਸ ਵਾਰ ਦਾ ਜਿਹੜਾ ਸੈਸ਼ਨ ਆ, ਹਾਊਸ ਆ ਜਿਹੜਾ, ਉਹਨੂੰ ਪ੍ਰਵਾਨਗੀ ਆ ਜਿਹੜੀ ਉਹ ਕਾਨੂੰਨ ਨੇ ਨਹੀਂ ਦਿੱਤੀ। ਕਾਰਨ ਕਿ ਸਹਿਜਧਾਰੀ ਵੋਟਾਂ ਦਾ ਮੁੱਦਾ ਸੀ ਜਿਹੜਾ, ਉਹ ਪਹਿਲਾਂ ਹਾਈ ਕੋਰਟ 'ਚ, ਹਾਈ ਕੋਰਟ ਨੇ ਉਹਦੇ ਵਿਰੁੱਧ ਫੈਸਲਾ ਦੇ ਦਿੱਤਾ, ਫਿਰ ਉਹ ਸੁਪਰੀਮ ਕੋਰਟ 'ਚ ਚਲਿਆ ਗਿਆ। ਕਿਉਂਕਿ 2004 ਦੇ ਵਿੱਚ ਜਦੋਂ ਵਾਜਪਾਈ ਸਰਕਾਰ ਉਸ ਵੇਲੇ ਜਿਹੜਾ ਸਿੱਖਾਂ ਦੇ ਦਬਾਅ ਦੇ ਵਿੱਚ, ਉਸ ਵੇਲੇ ਦੇ ਮੰਤਰੀ ਮੰਡਲ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਤਾ ਕਿ ਜਿਹੜਾ ਸਹਿਜਧਾਰੀ ਆ ਉਹਨੂੰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 'ਚ ਵੋਟ ਪਾਉਣ ਦਾ ਅਧਿਕਾਰ ਨਹੀਂ ਹੋਊਗਾ, ਪਰੰਤੂ ਉਹਨੂੰ ਪਾਰਲੀਮੈਂਟ 'ਚ ਨਹੀਂ ਪੇਸ਼ ਕੀਤਾ ਗਿਆ, ਉਹਨੂੰ ਕਾਨੂੰਨ ਨਹੀਂ ਬਣਾਇਆ ਗਿਆ। ਇਸ ਕਰਕੇ ਉਹ ਉਸ ਗੱਲ ਨੂੰ ਹਾਈ ਕੋਰਟ 'ਚ ਚੈਲੇਂਜ ਹੋਇਆ, ਹਾਈ ਕੋਰਟ ਨੇ ਉਹਦੇ ਹੱਕ 'ਚ ਫੈਸਲਾ ਦਿੱਤਾ, ਫਿਰ ਉਹ ਸੁਪਰੀਮ ਕੋਰਟ 'ਚ। ਹੁਣ ਉਸ ਗੱਲ ਨੂੰ ਕੇਂਦਰੀ ਮੰਤਰੀ ਮੰਡਲ ਨੇ ਪ੍ਰਵਾਨਗੀ ਦਿੱਤੀ ਆ ਕਿ 2003 ਤੋਂ ਇਸ ਗੱਲ ਨੂੰ ਪ੍ਰਵਾਨ ਕੀਤਾ ਜਾਊਗਾ ਕਿ ਸਹਿਜਧਾਰੀ ਆ ਜਿਹੜਾ ਉਹ ਸ਼੍ਰੋਮਣੀ ਕਮੇਟੀ ਦਾ ਵੋਟਰ ਨਹੀਂ ਬਣ ਸਕਦਾ, ਅਤੇ ਇਸ ਸੋਧ ਨੂੰ ਪਾਰਲੀਮੈਂਟ 'ਚ ਪੇਸ਼ ਕੀਤਾ ਜਾਊਗਾ, ਪਾਰਲੀਮੈਂਟ ਉਸ ਸੋਧ ਨੂੰ ਮਤਲਬ ਪਾਸ ਕਰਕੇ ਕਾਨੂੰਨ ਦਾ ਰੂਪ ਦੇ ਦੂਗੀ। ਸੋ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਬਾਕੀ ਗੱਲਾਂ ਨੇ ਜਿਹੜੀਆਂ ਉਹ ਦੇਖਣ ਵਾਲੀਆਂ ਨੇ ਕਿ ਕਿਹੜੀਆਂ ਕਿਹੜੀ ਕਰਵਟ ਲੈਂਦੀਆਂ ਨੇ। ਭਾਜਪਾ ਦਾ ਜਿਹੜਾ ਮੰਤਰੀ ਮੰਡਲ ਆ, ਮੋਦੀ ਦਾ ਮੰਤਰੀ ਮੰਡਲ ਆ, ਉਹਨੇ ਇਹ ਜਿਹੜਾ ਫੈਸਲਾ ਤਾਂ ਲੈ ਲਿਆ ਜੀ, ਹੁਣ ਇਹਨੂੰ ਉਹ ਸਿਰੇ ਕਿਵੇਂ ਚੜ੍ਹਾਉਂਦੇ ਨੇ ਇਹ ਵੀ ਹਾਲੇ ਵੇਖਣ ਵਾਲੀ ਗੱਲ ਆ ਕਿ ਉਹਨਾਂ ਦੀ ਨੀਤੀ ਅਤੇ ਰੀਤ 'ਚ ਕੀ ਖੋਟ ਆ, ਕੀ ਫਰਕ ਆ, ਅਤੇ ਉਹ ਸੋਚ ਕਿਹੜੀ ਆ ਉਹਨਾਂ ਦੀ। ਸੋ
ਇਹ ਕੇਂਦਰੀ ਮੰਤਰੀ ਮੰਡਲ ਦਾ ਫੈਸਲਾ ਜਿਹੜਾ ਅਸੀਂ ਉਹਨੂੰ ਇਸ ਵੇਲੇ ਜੀ ਆਇਆਂ ਵੀ ਕਹਿੰਦੇ ਹਾਂ, ਸਵਾਗਤ ਵੀ ਕਰਦੇ ਹਾਂ ਕਿ ਸਹਿਜਧਾਰੀ ਵੋਟ ਦਾ ਜਿਹੜਾ ਅਧਿਕਾਰ ਆ ਉਹਨੂੰ ਪੂਰਨ ਰੂਪ ਦੇ ਵਿੱਚ ਰੱਦ ਕਰਨ ਦੇ ਲਈ ਪਾਰਲੀਮੈਂਟ ਦੇ ਵਿੱਚ ਕਾਨੂੰਨ ਆ ਜਿਹੜਾ ਉਹ ਬਣਾ ਦਿੱਤਾ ਜਾਣਾ, ਜਿਵੇਂ ਮੈਂ ਗੱਲ ਕੀਤੀ ਆ ਕਿ ਜਿੰਨੀਆਂ ਵੀ ਤਰੁੱਟੀਆਂ ਨੇ 1925 ਦਾ ਜਿਹੜਾ ਗੁਰਦੁਆਰਾ ਪ੍ਰਬੰਧ ਦਾ ਸੁਧਾਰ ਦਾ ਐਕਟ ਹੈ ਉਹਦੇ ਵਿੱਚ ਜਿੰਨੀਆਂ ਵੀ ਤਰੁੱਟੀਆਂ ਨੇ ਉਹਨਾਂ ਨੂੰ ਦੂਰ ਕਰਕੇ ਉਹਦੇ ਬਾਰੇ ਕਾਨੂੰਨ ਆ ਜਿਹੜਾ ਉਹ ਬਣਾ ਦਿੱਤਾ ਜਾਣਾ ਚਾਹੀਦਾ। ਇਸ ਫੈਸਲੇ ਤੋਂ ਬਾਅਦ ਕੀ ਨਵੀਂ ਸ਼੍ਰੋਮਣੀ ਕਮੇਟੀ ਚੁਣਨ ਦਾ ਰਾਹ ਪੱਧਰਾ ਹੋ ਜਾਵੇਗਾ? ਦੇਖੋ ਬਾਈ, ਕੁਝ ਗੱਲਾਂ ਨੇ ਜਿਹੜੀਆਂ ਉਹ ਜਿਹੜੀਆਂ ਕਾਨੂੰਨ ਦੀਆਂ ਪੇਚੀਦਗੀਆਂ 'ਚ ਚਲੀਆਂ ਜਾਂਦੀਆਂ ਨੇ ਹੁਣ, ਕਿਉਂਕਿ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਕਿ ਜਿਹੜਾ ਇਸ ਵੇਲੇ ਦਾ ਜਿਹੜਾ ਨਵਾਂ ਮਤਲਬ ਸੈਸ਼ਨ ਸੀਗਾ ਨਵਾਂ ਹਾਊਸ ਸੀ ਸ਼੍ਰੋਮਣੀ ਕਮੇਟੀ ਦਾ, ਉਹਨੂੰ ਪ੍ਰਵਾਨਗੀ ਹੋਈ ਨਹੀਂ ਮਿਲੀ ਹੁਣ ਤੱਕ। ਹਾਂਜੀ, ਉਹ ਮਤਲਬ ਬਿਨਾਂ ਪ੍ਰਵਾਨਗੀ ਤੋਂ ਤਕਰੀਬਨ ਆਪਣਾ ਜਿਹੜਾ ਉਹਦਾ ਕਾਰਜਕਾਲ ਆ 5 ਸਾਲ ਦਾ ਉਹ ਖਤਮ ਕਰਨ ਜਾ ਰਿਹਾ। ਹਾਂਜੀ, ਹੁਣ ਕਿਉਂਕਿ ਜਦੋਂ ਪਾਰਲੀਮੈਂਟ ਇਸ ਸੋਧ ਨੂੰ ਪਾਸ ਕਰ ਦੂਗੀ ਕਿ ਸਹਿਜਧਾਰੀ ਵੋਟਰ ਨੇ ਜਿਹੜੇ ਉਹ ਵੋਟ ਦਾ ਹੱਕ ਨਹੀਂ ਰੱਖਦੇ, ਉਹ ਵੋਟਰ ਹੀ ਨਹੀਂ ਬਣ ਸਕਦਾ ਕੋਈ ਸਹਿਜਧਾਰੀ, ਸੋ ਉਸ ਤੋਂ ਬਾਅਦ ਹੁਣ ਜਿਹੜੀਆਂ ਦੋ ਗੱਲਾਂ ਸਾਡੇ ਸਾਹਮਣੇ ਆਉਂਦੀਆਂ ਨੇ ਕਿ ਕੀ ਜਿਹੜਾ ਹਾਊਸ ਆ ਜਿਹੜਾ ਹੁਣ ਤੱਕ ਸਸਪੈਂਡ ਹੈ ਮੁਅੱਤਲ ਹੈ ਉਸ ਨੂੰ ਜੀਵਤ ਤਾਂ ਕਰਨਾ ਹੀ ਆ ਜੀ, ਕਿਉਂਕਿ ਸੁਪਰੀਮ ਕੋਰਟ ਉਸ ਨੂੰ, ਕਿਉਂਕਿ ਜੋ ਪਾਰਲੀਮੈਂਟ ਕਾਨੂੰਨ ਪੇਸ਼ ਪਾਸ ਕਰ ਦੂਗੀ ਸੋਧ ਪਾਸ ਕਰ ਦੂਗੀ ਉਹ ਤੋਂ ਬਾਅਦ ਉਹ ਹਾਊਸ ਆ ਜਿਹੜਾ ਉਹ ਜੀਵਤ ਹੋਊਗਾ ਜੀ, ਪਰੰਤੂ ਹੁਣ ਕਿਉਂਕਿ ਉਹਦੀ ਮਿਆਦ ਆ ਜਿਹੜੀ ਉਹ ਵੈਸੇ ਹੀ ਖਤਮ ਹੋ ਗਈ ਆ, ਇਸ ਗੱਲ ਨੂੰ ਕਿਵੇਂ ਲਿਆ ਜਾਂਦਾ ਹਾਂਜੀ ਕਿ ਕੀ ਉਸ ਹਾਊਸ ਨੂੰ ਆਪਣਾ ਸਮਾਂ ਪੂਰਾ ਕਰਨ ਦੀ ਆਗਿਆ ਦਿੱਤੀ ਜਾਊਗੀ ਜਾਂ ਕਿਉਂਕਿ ਉਹਦੀ ਸਤੰਬਰ 'ਚ ਮਿਆਦ ਪੂਰੀ ਹੋ ਰਹੀ ਆ ਅਤੇ ਉਸ ਤੋਂ ਬਾਅਦ ਜਿਹੜਾ ਨਵਾਂ ਹਾਊਸ ਆ ਉਹ ਚੁਣਿਆ ਜਾਊਗਾ, ਸੋ ਇਹ ਜਿਹੜੀ ਕਾਨੂੰਨੀ ਪੇਚੀਦਗੀ ਆ ਉਹ ਸਾਡੇ ਸਾਹਮਣੇ ਆਉਣੀ ਆ ਅਤੇ ਸਹਿਜਧਾਰੀ ਜਿਹੜੀ ਧਿਰ ਹੈ ਜਿਹਨੇ ਪਹਿਲਾਂ ਇਹ ਲੜਾਈ ਲੜੀ ਆ ਉਹ ਇਸ ਦੇ ਵਿੱਚ ਕਿਹੜੀਆਂ ਕਿਹੜੀਆਂ ਕਾਨੂੰਨੀ ਅੜਚਣਾਂ ਹੋਰ ਉਡਾਉਂਦੀ ਆ ਇਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਵਾਲੀ ਗੱਲ ਆ, ਪਰੰਤੂ ਇੱਕ ਤਰ੍ਹਾਂ ਮਤਲਬ ਬਾਦਲ ਦਲ ਨੇ ਭਾਜਪਾ 'ਤੇ ਦਬਾਅ ਪਾ ਕੇ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਚੋਣਾਂ ਸਾਡੀਆਂ ਕਰਵਾਉਣ ਦਾ ਰਾਹ ਖੋਲ੍ਹ ਦਿਓ, ਇਹ ਬਿਲਕੁਲ ਜਿਹੜੀ ਇਹ ਕਾਰਵਾਈ ਹੋਈ ਆ ਇਹ ਉਸ ਪਾਸੇ ਨੂੰ ਕਦਮ ਜ਼ਰੂਰ ਵਧਾਇਆ ਗਿਆ, ਪਰੰਤੂ ਜਿਹੜੀਆਂ ਰਸਤੇ ਦੀਆਂ ਅੜਚਣਾਂ ਨੇ ਅੜਿੱਕੇ ਨੇ ਉਹ ਕਿਹੜੇ ਕਿਹੜੇ ਪੈਦਾ ਹੋਣਗੇ ਇਹ ਹਾਲੇ ਸਮੇਂ ਦੇ ਸੰਦਰਭ 'ਚ। ਇਸ ਫੈਸਲੇ ਦੇ ਰਾਹ ਦੇ ਵਿੱਚ ਕਿਹੜੀਆਂ ਕਾਨੂੰਨੀ ਅੜਚਣਾਂ ਆ ਸਕਦੀਆਂ ਹਨ? ਦੇਖੋ ਵੀ ਪਹਿਲਾਂ ਤਾਂ ਇਹ ਆ ਕਿ ਬਿੱਲ ਨੇ ਪਾਰਲੀਮੈਂਟ 'ਚ ਜਾਣਾ ਜੀ, ਪਾਰਲੀਮੈਂਟ ਦੇ ਵਿੱਚ ਇਹ ਸੋਧ ਆ ਜਿਹੜੀ ਇਹ ਪਾਸ ਹੋਣੀ ਆ। ਹਾਂਜੀ, ਲੋਕ ਸਭਾ 'ਚ ਜਿਹੜਾ ਭਾਜਪਾ ਗਠਜੋੜ ਹੈ NDA ਆ ਉਹ ਬਹੁਤ ਸੰਮਤੀ 'ਚ ਆ, ਪਰ ਰਾਜ ਸਭਾ 'ਚ ਘੱਟ ਗਿਣਤੀ ਆ ਉਹਨਾਂ ਦੀ। ਬਹੁਤ ਸਾਰੇ ਬਿੱਲ ਨੇ ਜਿਹੜੇ ਹੁਣ ਤੱਕ ਇਸ ਕਰਕੇ ਜਿਹੜੇ ਹੋਏ ਨੇ ਕਿ ਉਹ ਲੋਕ ਸਭਾ 'ਚ ਪਾਸ ਹੋ ਜਾਂਦੇ ਆ, ਰਾਜ ਸਭਾ 'ਚ ਪਾਸ ਨਹੀਂ ਹੁੰਦੇ, ਜਿਵੇਂ ਔਰਤਾਂ ਦਾ ਰਾਖਵਾਂ ਕਰਨ ਰਾਜ ਸਭਾ ਨੇ ਪਾਸ ਕਰਤਾ ਪਰ ਲੋਕ ਸਭਾ 'ਚ ਪਾਸ ਨਹੀਂ ਹੋ ਰਿਹਾ, ਇਸ ਤਰ੍ਹਾਂ ਦੇ ਬਹੁਤ ਸਾਰੇ ਉਹ ਜਿਹੇ ਬਿੱਲ ਨੇ ਜਿਹੜੇ ਲੋਕ ਸਭਾ 'ਚ ਪਾਸ ਹੋ ਗਏ ਆ, ਰਾਜ ਸਭਾ 'ਚ ਪਾਸ ਨਹੀਂ ਹੋ ਰਹੇ, ਸੋ ਇਹ ਹੁਣ ਪਹਿਲਾਂ ਤਾਂ ਸਭ ਤੋਂ ਇਹ ਗੱਲ ਆ ਕਿ ਪਾਰਲੀਮੈਂਟ ਦੇ ਦੋਨੇ ਹਾਊਸ ਨੇ ਜਿਹੜੇ ਲੋਕ ਸਭਾ ਅਤੇ ਰਾਜ ਸਭਾ ਉਸ ਇਸ ਸੋਧ ਨੂੰ ਜਿਹੜੀ ਮੰਤਰੀ ਮੰਡਲ ਨੇ ਪ੍ਰਵਾਨ ਕੀਤੀ ਆ ਪਾਸ ਕਰਦੇ ਨੇ ਜੀ, ਉਹਨਾਂ ਦੇ ਪਾਸ ਕਰਨ ਤੋਂ ਬਾਅਦ ਕਾਨੂੰਨ ਬਣਦਾ, ਜਦੋਂ ਉਸ ਕਾਨੂੰਨ ਬਣਨ ਤੋਂ ਬਾਅਦ ਜਿਵੇਂ ਮੈਂ ਗੱਲ ਕੀਤੀ ਆ ਕਿ ਪਹਿਲਾਂ ਵੀ ਜਿਹੜੀਆਂ ਸਹਿਜਧਾਰੀ ਜਿਹੜੀ ਫੈਡਰੇਸ਼ਨ ਬਣੀ ਹੋਈ ਆ ਉਹਨੇ ਕਾਨੂੰਨੀ ਅੜਚਣਾਂ ਨੇ ਜਿਹੜੇ ਕਾਨੂੰਨੀ ਅੜਿੱਕੇ ਨੇ ਜਿਹੜੇ ਉਹ ਡਾਏ ਨੇ, ਸੋ ਉਹ ਉਹਨਾਂ ਮੱਦਾਂ ਨੂੰ ਲੈ ਕੇ ਉਹ ਫਿਰ ਦੁਬਾਰਾ ਸੁਪਰੀਮ ਕੋਰਟ ਦੇ ਵਿੱਚ ਜਾਂ ਹਾਈ ਕੋਰਟ ਦੇ ਵਿੱਚ ਉਹ ਜ਼ਰੂਰ ਜਾਣਗੇ, ਇਹਦੇ ਵਿੱਚ ਕੋਈ ਦੋ ਰਾਮਾ ਨਹੀਂ ਹੈਗੀਆਂ, ਸੋ ਇਹ ਮਤਲਬ ਹਲੇ ਅੱਜ ਦੀ ਤਰੀਕ ਦੇ ਵਿੱਚ ਇੰਨਾ ਸੌਖਾ ਨਹੀਂ ਦਿਖਾਈ ਦੇ ਰਿਹਾ, ਪਰੰਤੂ ਜਦੋਂ ਮੁੱਖ ਰੂਪ ਦੇ ਵਿੱਚ ਪਾਰਲੀਮੈਂਟ ਨੇ
ਸੋਧ ਕਰਤੀ ਉਹਦੇ ਵਿੱਚ, ਕਾਨੂੰਨ ਬਣਾਤਾ, ਅਤੇ ਫਿਰ ਜਿਹੜੀਆਂ ਅਦਾਲਤਾਂ ਦੀਆਂ ਅੜਚਣਾਂ ਨੇ ਜਿਹੜੀਆਂ ਉਹ ਆਪਣੇ ਆਪ ਖਤਮ ਹੋ ਜਾਣਗੀਆਂ, ਇਹ ਸਾਫ਼ ਆ। ਸਿੱਖ ਮੁੱਦਿਆਂ 'ਤੇ ਮੋਦੀ ਕੇ ਆਖਰ ਕਿਹੜਾ ਪੈਂਤੜਾ ਵਰਤ ਰਹੇ ਹਨ? ਜਿਸ ਤਰ੍ਹਾਂ ਪਾਣੀਆਂ ਦਾ ਮੁੱਦਾ ਅਤੇ ਉਸ ਤੋਂ ਬਾਅਦ ਸਹਿਜਧਾਰੀ ਵੋਟਰਾਂ ਦਾ ਮੁੱਦਾ, ਇਹਨਾਂ ਦੋਨਾਂ ਨੂੰ ਤੁਸੀਂ ਆਪਸ ਵਿੱਚ ਜੋੜ ਕੇ ਕਿਵੇਂ ਮਹਿਸੂਸ ਕਰਦੇ ਹੋ? ਦੇਖੋ ਵੀ ਭਾਈ, ਜਿਹੜਾ ਸਾਲ ਚੱਲ ਰਿਹਾ ਵਾ, ਪੰਜਾਬ ਵਿਧਾਨ ਸਭਾ ਚੋਣਾਂ ਦਾ ਸਾਲ ਹੈ। ਹਾਂਜੀ, 2017 ਚੜ੍ਹਦੀ ਵੋਟਾਂ ਪੈ ਜਾਣੀਆਂ ਨੇ। ਸੋ ਇਸ ਸਾਲ ਦੇ ਵਿੱਚ ਜਿਹੜੀ ਵੀ ਘਟਨਾ ਵਾਪਰਦੀ ਆ, ਚਾਹੇ ਉਹ ਪੰਜਾਬ ਨਾਲ ਸੰਬੰਧਿਤ ਆ ਅਤੇ ਚਾਹੇ ਉਹ ਸਿੱਖਾਂ ਨਾਲ ਸੰਬੰਧਿਤ ਆ, ਉਹਦਾ ਸਿੱਧਾ ਸਿੱਧਾ ਜਿਹੜਾ ਸੰਬੰਧ ਹੈ ਉਹ ਵੋਟਾਂ ਨਾਲ, ਚੋਣਾਂ ਨਾਲ ਜਾ ਜੁੜਦਾ। ਜੀ, ਪੰਜਾਬ ਦੇ ਵਿੱਚ ਜਿਹੜੇ ਪਿੱਛੇ ਹਾਲਾਤ ਰਹੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਂਡ ਹੋਇਆ, ਉਹਨੂੰ ਅਸੀਂ ਜੇ ਦੇਖ ਲਈਏ, ਬੱਦੀ ਸਿੰਘਾਂ ਦੀ ਰਿਹਾਈ ਦਾ ਸੰਘਰਸ਼ ਚੱਲਿਆ ਉਹਦੀ ਗੱਲ ਕਰ ਲਈਏ, ਆ ਹੁਣੇ ਹੁਣੇ ਜਿਹੜੀ ਸਾਡੇ ਸਾਹਮਣੇ ਆਇਆ ਜਾਟ ਰਾਖਵਾਂ ਕਰਨ ਦੀ ਗੱਲ ਆ, ਜਿਹੜੀ ਉੱਥੇ ਜੋ ਕੁਝ ਪੰਜਾਬ ਦੇ ਲੋਕਾਂ ਨਾਲ ਵਾਪਰਿਆ, ਸਿੱਖਾਂ ਨਾਲ ਵਾਪਰਿਆ, ਉਹਦੀ ਗੱਲ ਕਰ ਲਈਏ, ਪੰਜਾਬ ਦੇ ਪਾਣੀਆਂ ਦੀ ਗੱਲ ਕਰ ਲਈਏ, ਕਿਤੇ ਨਾ ਕਿਤੇ ਜਾ ਕੇ ਜਿਹੜੀਆਂ ਸਾਰੀਆਂ ਕੜੀਆਂ ਨੇ ਉਹ ਉਸ ਪਾਸੇ ਜਾ ਕੇ ਜੁੜ ਜਾਂਦੀਆਂ ਨੇ। ਪੰਜਾਬ 'ਤੇ ਜਿਹੜੇ ਦਹਿਸ਼ਤਗਰਦੀ ਹਮਲੇ ਹੋਏ ਆ ਉਹਨਾਂ ਦੀ ਅਸੀਂ ਜੇ ਗੱਲ ਕਰ ਲਈਏ, ਅਤੇ ਅੱਜ ਦੀ ਜਿਹੜੀ ਘਟਨਾਵਾਂ ਜਿਹੜੀ ਵਾਪਰੀ ਆ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ, ਉਹਦੀ ਵੀ ਅਸੀਂ ਗੱਲ ਕਰ ਲਈਏ ਕਿ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਵਨ ਅੰਗਾਂ ਨੂੰ ਮਤਲਬ ਉਦਨੀ ਭੇਟ ਕਰਤਾ ਤਿੰਨ ਸ਼ਰਾਰਤੀ ਬੰਦਿਆਂ ਨੇ। ਸੋ ਉਸ ਦੀ ਜਿਹੜੀਆਂ ਗੱਲਾਂ ਬਾਹਰ ਆ ਰਹੀਆਂ ਨੇ ਕਿ ਉਹ ਜਿਹੜੇ ਮਤਲਬ ਦੋਸ਼ੀ ਜਿਹੜੇ ਮੌਕੇ 'ਤੇ ਫੜੇ ਨੇ ਉਹਨਾਂ ਨੇ ਮੁੱਢਲੇ ਰੂਪ ਦੇ ਵਿੱਚ ਜਿਸ ਤਰ੍ਹਾਂ ਮਤਲਬ ਬਿਕਰਮ ਮਜੀਠੀਏ ਦਾ ਨਾਮ ਵੀ ਲਿਆ ਵਾ, ਪੈਸੇ ਦੇਣ ਦੀ ਗੱਲ ਵੀ ਕੀਤੀ ਆ, ਪੁਲਿਸ ਉਸ ਗੱਲ ਨੂੰ ਬਾਅਦ 'ਚ ਗੋਲ ਕਰ ਰਹੀ ਆ, ਉਹਨਾਂ ਨੂੰ ਨਸ਼ੇੜੀ ਦੱਸ ਰਹੀ ਆ। ਸੋ ਇਹ ਸਾਰਾ ਕੁਝ ਜੋ ਕੁਝ ਇਸ ਵੇਲੇ ਪੰਜਾਬ 'ਚ ਵਾਪਰ ਰਿਹਾ, ਚਾਹੇ ਉਸ ਨੂੰ ਅਸੀਂ ਕਿਤੇ ਨਾ ਕਿਤੇ ਭਾਜਪਾ ਜਿਹੜੀ ਉਹਦੀ ਕੀ ਸੋਚ ਆ ਪੰਜਾਬ ਅਤੇ ਬਾਦਲਾਂ ਪ੍ਰਤੀ, ਉਹਦੇ 'ਤੇ ਬਹੁਤ ਕੁਛ ਡਿਪੈਂਡ ਕਰਦਾ। ਇੱਕ ਪਾਸੇ ਹੁਣ ਭਾਜਪਾ ਜਿਹੜੀ ਉਹ ਪਾਣੀਆਂ ਦੇ ਮੁੱਦੇ 'ਤੇ ਪੰਜਾਬ ਦੇ ਵਿਰੁੱਧ, ਜਿਹੜੀ ਕੇਂਦਰ ਦੀ ਭਾਜਪਾ ਮੋਦੀ ਕੇ ਆ ਜਿਹੜੇ, ਉਹ ਪਾਣੀਆਂ ਦੇ ਮੁੱਦੇ 'ਤੇ ਪੰਜਾਬ ਦੇ ਵਿਰੋਧ 'ਚ ਖੜ੍ਹੇ ਨੇ, ਹਰਿਆਣੇ ਦੇ ਨਾਲ ਖੜ੍ਹੇ ਨੇ। ਦੂਜੇ ਪਾਸੇ ਹੁਣ ਜੇ ਸ਼੍ਰੋਮਣੀ ਕਮੇਟੀ ਵਾਲੀ ਗੱਲ ਆਈ ਆ, ਅਤੇ ਆਮ ਤੌਰ 'ਤੇ ਕੀ ਹੁੰਦਾ ਕਿ ਜਦੋਂ ਪਾਰਲੀਮੈਂਟ ਦਾ ਬਜਟ ਇਜਲਾਸ ਸ਼ੁਰੂ ਹੋਣਾ ਸੀ ਉਸ ਤੋਂ ਪਹਿਲਾਂ ਜਿਹੜੇ ਜਿਹੜੇ ਇਸ ਤਰ੍ਹਾਂ ਦੇ ਫੈਸਲੇ ਨੇ ਉਹ ਉਸ ਤੋਂ ਪਹਿਲਾਂ ਮਤਲਬ ਗਜਟ ਕੀਤੇ ਜਾਂਦੇ ਨੇ ਕਿ ਆਹ ਆਹ ਫੈਸਲੇ ਆ ਜਿਹੜੇ ਇਹ ਬਿੱਲ ਨੇ ਜਿਹੜੇ ਇਹ ਪਾਰਲੀਮੈਂਟ 'ਚ ਅਸੀਂ ਪੇਸ਼ ਕਰਨੇ ਨੇ। ਪਹਿਲੇ ਮੁੱਢਲੇ ਰੂਪ ਦੇ ਵਿੱਚ ਉਹ ਨਹੀਂ ਆਇਆ ਇਹ, ਹਾਂਜੀ, ਵਿਚਕਾਰ ਆ ਕੇ ਜੀ, ਕਿਉਂਕਿ ਇਹ ਵੀ ਆ ਕਿ ਜਿਹੜੇ ਰਹਿ ਜਾਂਦੇ ਨੇ ਉਹਨਾਂ ਨੂੰ ਜਦੋਂ ਇਹਦਾ ਬਜਟ ਇਜਲਾਸ ਦਾ ਅੱਧ ਆ ਜਾਂਦਾ ਉਸ ਵੇਲੇ ਮੰਤਰੀ ਮੰਡਲ ਉਹਨਾਂ ਨੂੰ ਪਾਸ ਕਰਕੇ ਪਾਰਲੀਮੈਂਟ 'ਚ ਰੱਖ ਸਕਦਾ, ਇਹ ਕਾਨੂੰਨ ਹੈ, ਇਹਦੇ 'ਚ ਕੋਈ ਉਹ ਨਹੀਂ ਹੈ। ਪਰੰਤੂ ਕਿਉਂਕਿ ਮੁੱਢਲੇ ਰੂਪ 'ਚ ਨਹੀਂ ਕੀਤਾ, ਹੁਣ ਆ ਕੇ ਕੀਤਾ ਜੀ। ਸੋ ਕਿਤੇ ਨਾ ਕਿਤੇ ਭਾਜਪਾ ਦੀ ਜਿਹੜੀ ਸੋਚ ਆ ਉਹ ਹਾਲੇ ਵੀ ਇਹ ਸਾਨੂੰ ਸਾਫ਼ ਅਤੇ ਸਪੱਸ਼ਟ ਨਹੀਂ ਕਿ ਉਹ ਪੰਜਾਬ ਨੂੰ ਇਸ ਵੇਲੇ ਕਿਹੜੀ ਐਨਕ ਨਾਲ ਦੇਖ ਰਹੀ ਆ, ਉਹਨੂੰ ਕਿਹੜੇ ਪਾਸੇ ਇਹਨੂੰ ਪੰਜਾਬ ਨੂੰ ਉਹ ਧੱਕਣਾ ਚਾਹੁੰਦੀ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਗੱਲ ਆ ਜਿਹੜੀ ਬੜੀ ਸਾਫ਼ ਅਤੇ ਸਪੱਸ਼ਟ ਹੋ ਕੇ ਸਾਡੇ ਸਾਹਮਣੇ ਆਜੂ ਕਿ ਪੰਜਾਬ ਦੇ ਵਿੱਚ ਭਾਜਪਾ ਆਖਰ ਨੂੰ ਕਰਨਾ ਕੀ ਚਾਹੁੰਦੀ ਆ, ਭਗਵਾਂ ਬ੍ਰਿਗੇਡ ਦੀ ਪੰਜਾਬ ਪ੍ਰਤੀ ਇਸ ਵੇਲੇ ਸੋਚ ਕੀ ਆ, ਇਹ ਸਾਡੇ ਸਾਹਮਣੇ ਆਉਣ ਵਾਲੇ ਦਿਨਾਂ 'ਚ ਜਿਹੜੀਆਂ ਇਹ ਘਟਨਾਵਾਂ ਨਿਰੰਤਰ ਇੱਕ ਦੂਜੇ ਨਾਲ ਘੜੀਆਂ ਵੀ ਜੁੜੀਆਂ ਹੋਈਆਂ ਨੇ ਅਤੇ ਉਹਨਾਂ ਦੀ ਸੇਧ ਆ ਜਿਹੜੀ ਉਹ 2017 ਵੱਲ ਵੀ ਜਾ ਰਹੀ ਆ, ਇਹ ਸਾਰਾ ਕੁਝ। ਦੂਸਰੇ ਪਾਸੇ ਜਿਹੜੀ ਆਪ ਪਾਰਟੀ ਦੀ ਪੰਜਾਬ ਦੇ ਵਿੱਚ ਜਿਹੜਾ ਉਹਦਾ ਆਭਾਰ ਆ ਉਹਨੂੰ ਦੇਖਦੇ ਹਾਂ ਵੀ ਇਹ ਸਾਰਾ ਕੁਛ ਆ ਜਿਹੜਾ ਇਹਨੂੰ ਅਸੀਂ ਕਿਤੇ ਨਾ ਕਿਤੇ 2017 ਨਾਲ ਜੋੜ ਕੇ ਦੇਖ ਰਹੀ ਹਾਂ। ਜੇ ਸ਼੍ਰੋਮਣੀ ਕਮੇਟੀ ਚੋਣਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆ ਜਾਂਦੀਆਂ ਹਨ, ਜੋ ਕਿ ਸੰਭਵ ਹੋ ਸਕਦਾ ਹੈ, ਅਤੇ ਫਿਰ ਕਿਹੜਾ ਦ੍ਰਿਸ਼ ਦੇਖਣ ਨੂੰ ਮਿਲੇਗਾ?
ਦੇਖੋ ਬੀਬਾ, ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਹਾਂ ਕਿ ਹੁਣ ਅੱਜ ਮਾਰਚ ਆ, ਹਾਂਜੀ, ਤੋ ਮਾਰਚ ਦੇ ਵਿੱਚ ਵਿੱਚ ਹੀ ਇਹ ਜਿਹੜੀ ਸੋਧ ਆ ਇਹ ਪਾਰਲੀਮੈਂਟ 'ਚ ਪਾਸ ਹੋ ਜੂਗੀ ਜੀ, ਅਤੇ ਉਸ ਤੋਂ ਬਾਅਦ ਜਿਹੜੀ ਇਸ ਵੇਲੇ ਸ਼੍ਰੋਮਣੀ ਕਮੇਟੀ ਦਾ ਜਿਹੜਾ ਹਾਊਸ ਸਸਪੈਂਡ ਕੀਤਾ ਹੋਇਆ ਉਹ ਬਹਾਲ ਹੋ ਜੂਗਾ, ਹਾਂਜੀ, ਅਤੇ ਉਹਦੀ ਮਿਆਦ ਕਿਉਂਕਿ ਸਤੰਬਰ ਤੱਕ ਆ ਜੀ, ਭਾਵੇਂ ਹਾਲਾਂਕਿ ਉਹ ਵੀ ਗੱਲ ਸਾਫ਼ ਹੋਣ ਵਾਲੀ ਹੈ ਜਿਹੜੀ ਸਾਡੇ ਸਾਹਮਣੇ ਦੁਬਿਧਾ ਹੈ ਕਿ ਕੀ ਇਹ ਇਸ ਜਿਹੜਾ ਕਾਰਜਕਾਲ ਆ ਉਹਦੇ ਬਾਰੇ ਕੀ ਫੈਸਲਾ ਲਿਆ ਜਾਂਦਾ ਅਦਾਲਤ ਵੱਲੋਂ, ਪਰੰਤੂ ਮੁੱਖ ਰੂਪ 'ਚ ਇਹੀ ਲੱਗਦਾ ਕਿ ਸਤੰਬਰ ਦਾ ਜਿਹੜਾ ਉਹਦਾ ਕਾਰਜਕਾਲ ਆ ਉਹਨੂੰ ਹੀ ਮੰਨਿਆ ਜਾਊਗਾ, ਅਤੇ ਸਤੰਬਰ ਤੋਂ ਪਹਿਲਾਂ ਪਹਿਲਾਂ ਵੋਟਾਂ ਦੀ ਤਿਆਰੀ ਦੇ ਲਈ 4-5 ਮਹੀਨੇ ਹੈਗੇ ਆ ਜਿਹੜੇ, ਮਤਲਬ ਜਿਹੜੀ ਆਪਾਂ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਇਹ ਸੰਭਵ ਆ ਕਿ ਸਰਕਾਰ ਆ ਜਿਹੜੀ ਉਹ ਸਤੰਬਰ ਤੋਂ ਪਹਿਲਾਂ ਪਹਿਲਾਂ ਚੋਣਾਂ, ਕਿਉਂਕਿ ਬਾਦਲ ਕੇ ਇਸ ਵੇਲੇ ਜਿਸ ਤਰ੍ਹਾਂ ਸਿੱਖ ਕੌਮ ਨੇ ਉਹਨਾਂ ਨੂੰ ਲਾਂਭੇ ਕੀਤਾ ਹੋਇਆ, ਸਿੱਖ ਕੌਮ ਉਹਨਾਂ ਤੋਂ ਇੱਕ ਦੂਰੀ 'ਤੇ ਆ, ਹਾਂਜੀ, ਉਹ ਇਸ ਵੇਲੇ ਇਹ ਚਾਹੁੰਦੇ ਨੇ ਕਿ ਸ਼੍ਰੋਮਣੀ ਕਮੇਟੀ ਦੀਆਂ ਜੇ ਚੋਣਾਂ ਆ ਜਾਂਦੀਆਂ ਨੇ, ਇੱਕ ਤਾਂ ਸਰਕਾਰ ਉਹਨਾਂ ਦੀ ਆ ਜੀ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 'ਚ ਸਰਕਾਰ ਦਾ ਜਿਹੜਾ ਪ੍ਰਭਾਵ ਆ ਉਹ ਅਕਸਰ ਦੇਖਿਆ ਗਿਆ ਜੀ, ਚਾਹੇ ਜਦੋਂ ਵੀ ਹੋਈਆਂ ਨੇ ਉਹਦੇ 'ਚ ਦੇਖਿਆ ਗਿਆ ਕਿ ਜਿਹੜੀ ਧਿਰ ਦੀ ਸਰਕਾਰ ਹੁੰਦੀ ਆ ਉਹਨੂੰ ਇਹ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਿਵੇਂ ਆਮ ਜ਼ਿਲ੍ਹਾ ਪ੍ਰੀਸ਼ਦ ਜਾਂ ਬਲਾਕ ਸੰਮਤੀ ਜਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਉਹਨਾਂ ਵਾਂਗੂ ਉਹਦੇ 'ਚ ਸਰਕਾਰ ਦਾ ਪ੍ਰਭਾਵ ਆ ਜਿਹੜਾ ਉਹ ਦਿਖਾਈ ਦਿੰਦਾ ਜੀ। ਸੋ ਦੂਸਰੇ ਪਾਸੇ ਜਿਹੜੀਆਂ ਪੰਥਕ ਧਿਰਾਂ ਨੇ, ਹਾਂਜੀ, ਜਿਨ੍ਹਾਂ ਨੇ ਮਤਲਬ ਇਸ ਸ਼੍ਰੋਮਣੀ ਕਮੇਟੀ ਚੋਣਾਂ 'ਚ ਬਾਦਲ ਕਿਆਂ ਦਾ ਮੁਕਾਬਲਾ ਕਰਨਾ ਜਾਂ ਬਾਦਲ ਕਿਆਂ ਨੂੰ ਬਾਹਰ ਕਰਨਾ ਜੀ, ਉਹ ਪੰਥਕ ਧਿਰਾਂ ਨੇ ਜਿਹੜੀਆਂ ਉਹ ਖੜੀਆਂ ਕਰੇਲੇ ਨੇ, ਹਾਂਜੀ, ਉਹ ਕੋਈ ਵੀ ਧਿਰ ਆ ਜਿਹੜੀ ਉਹ ਏਕੇ ਵੱਲ ਵਧਣ ਦੀ ਥਾਂ ਪਾੜਾ ਜਿਹੜਾ ਉਹ ਵੱਧ ਰਿਹਾ ਵਾ ਜੀ, ਮਤਲਬ ਜੇ ਅੱਜ 15 ਜਥੇਬੰਦੀਆਂ ਤਾਂ ਕੱਲ੍ਹ ਨੂੰ 16 ਜਾਂ 17 ਤਾਂ ਹੋ ਸਕਦੀਆਂ, 14 ਨਹੀਂ ਹੋਣੀਆਂ, ਹਾਂਜੀ। ਸੋ ਇਸ ਗੱਲ ਨੂੰ ਦੇਖਦਿਆਂ ਹੋਇਆਂ ਬਾਦਲ ਕਿਆਂ ਨੂੰ ਇਹ ਲੱਗਦਾ ਕਿ ਜੇ ਸਾਡੀ ਸਰਕਾਰ ਦੇ ਹੁੰਦਿਆਂ 2017 ਤੋਂ ਪਹਿਲਾਂ ਪਹਿਲਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਆ ਜਾਣ ਤਾਂ ਉਹ ਮਤਲਬ ਇਸ ਗੱਲ ਲਈ ਆਸਬੰਦ ਨੇ ਜੀ, ਭਾਵੇਂ ਕਿ ਨਤੀਜੇ ਕੀ ਆਉਣੇ ਨੇ ਇਹ ਤਾਂ ਸਮਾਂ ਦੱਸੂਗਾ, ਹਾਲਾਤ ਕਿਹੋ ਜਿਹੇ ਬਣਨੇ ਨੇ ਜਦੋਂ ਸ਼੍ਰੋਮਣੀ ਕਮੇਟੀ ਚੋਣਾਂ ਦਾ ਐਲਾਨ ਹੋਊਗਾ, ਇਹ ਤਾਂ ਉਸ ਤੋਂ ਬਾਅਦ ਦੀਆਂ ਗੱਲਾਂ ਨੇ, ਪਰੰਤੂ ਅੱਜ ਦੀ ਤਰੀਕ 'ਚ ਜੋ ਕੁਝ ਉਹ ਸੋਚਦੇ ਨੇ ਇਹ ਜਾਪਦਾ ਕਿ ਜੇ ਸਾਡੀ ਸਰਕਾਰ ਦੇ ਰਹਿੰਦਿਆਂ ਚੋਣਾਂ ਹੁੰਦੀਆਂ ਨੇ ਅਤੇ ਅਸੀਂ ਇਹ ਚੋਣਾਂ ਜੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਿੱਤ ਜਾਂਦੇ ਹਾਂ ਤਾਂ 2017 ਦੀ ਵਿਧਾਨ ਸਭਾ ਵੀ ਜਿਵੇਂ ਪਿਛਲੀ ਵਾਰ ਹੋਇਆ ਸੀਗਾ ਕਿ 2011 ਦੇ ਵਿੱਚ ਚੋਣਾਂ ਹੋਈਆਂ ਸ਼੍ਰੋਮਣੀ ਕਮੇਟੀ ਦੀਆਂ, ਬਾਦਲ ਕਿਆਂ ਨੇ ਜਿੱਤ ਲਈਆਂ, ਉਹਦੇ ਨਾਲ 2012 ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਦੀ ਜਿੱਤ ਦਾ ਉਹਨਾਂ ਦਾ ਮੁੱਢ ਵੱਜ ਗਿਆ ਜੀ। ਸੋ ਉਸੇ ਹੀ ਗੱਲ ਨੂੰ ਉਹ ਦੁਬਾਰਾ ਦੁਹਰਾਉਣ ਦੇ ਯਤਨ 'ਚ ਨੇ, ਮੋਦੀ ਕਿਆਂ 'ਤੇ ਉਹਨਾਂ ਨੇ ਪ੍ਰਭਾਵ ਪਾ ਕੇ ਆਪਣਾ ਦਬਾਅ ਪਾ ਕੇ ਇਹ ਜਿਹੜਾ ਫੈਸਲਾ ਮੰਤਰੀ ਮੰਡਲ ਤੋਂ ਅੱਧ ਵਿਚਕਾਰ ਜਾ ਕੇ ਕਰਵਾਇਆ ਜੀ। ਬਜਟ ਅਜਲਾਸ ਤੁਸੀਂ ਇਹ ਗੱਲ ਕਿਵੇਂ ਕਹਿ ਸਕਦੇ ਹੋ ਕਿ ਮੋਦੀ ਕਿਆਂ 'ਤੇ ਦਬਾਅ ਪਾ ਕੇ ਹੋ ਸਕਦਾ, ਅੰਦਰਗਤੀ ਉਹਨਾਂ ਦੇ ਕੋਈ ਕੋਆਪਰੇਟ ਕਰਕੇ ਵੀ ਹੋ ਸਕਦਾ ਹੈ? ਨਹੀਂ ਦੇਖੋ, ਜਦੋਂ ਦੋਨਾਂ ਕਿਉਂਕਿ ਅਕਸਰ ਮੋਦੀ ਨਹੀਂ ਪਤਾ ਕੀ ਆ ਕਿ ਦੋਨਾਂ ਧਿਰਾਂ ਦਾ ਇੱਕ ਗੱਠਜੋੜ ਆ ਜੀ, ਪਰੰਤੂ ਢਿੱਡੋਂ ਇਸ ਵੇਲੇ ਜਿਹੜੀ ਮੈਂ ਗੱਲ ਕੀਤੀ ਆ ਕਿ ਢਿੱਡੋਂ ਇਸ ਵੇਲੇ ਦੋਨੇ ਇੱਕ ਦੂਜੇ ਪ੍ਰਤੀ ਸਾਫ਼ ਨੇ, ਬਿਲਕੁਲ। ਭਾਜਪਾ ਆਪਣੀਆਂ ਕਮਜ਼ੋਰੀਆਂ ਕਰਕੇ ਬਾਦਲ ਕਿਆਂ ਦੇ ਨਾਲ ਜੁੜੀ ਹੋਈ ਆ, ਬਾਦਲ ਕੇ ਆਪਣੀਆਂ ਕਮਜ਼ੋਰੀਆਂ ਕਰਕੇ, ਮਤਲਬ ਢਿੱਡੋਂ ਦੋਨੇ ਇੱਕ ਦੂਜੇ ਨਾਲ ਸਾਫ਼ ਨਹੀਂ ਹੈਗੀ, ਇਹ ਬਿਲਕੁਲ ਸਾਫ਼ ਗੱਲ ਆ ਕਿ ਜੇ ਪਰੰਤੂ ਨਾਗਪੁਰੀ ਤਖ਼ਤ ਆ ਜਿਹੜਾ ਭਗਵਾ ਤਖ਼ਤ ਆ ਜਿਹੜਾ ਉਹ ਕੀ ਚਾਹੁੰਦਾ ਜੀ ਇਸ ਵੇਲੇ, ਕਿਉਂਕਿ ਬਾਦਲ ਨੂੰ ਉਹ ਇਹ ਸਮਝਦੇ ਆ ਕਿ ਹੁਣ ਜਿੰਨਾ ਅਸੀਂ ਇਹਨੂੰ ਵਰਤਣਾ ਸੀ ਸਿੱਖਾਂ ਦੇ ਵਿਰੁੱਧ, ਸਿੱਖ ਸਿਧਾਂਤਾਂ ਦਾ ਖਾਤਮਾ ਕਰਵਾਉਣ ਲਈ, ਸਿੱਖ ਪਰੰਪਰਾਵਾਂ ਮਰਿਆਦਾ ਦਾ ਕਤਲ ਕਰਵਾਉਣ ਲਈ, ਜਿੰਨਾ ਸਿੱਖੀ ਦਾ ਸੀ ਇਹਦੇ ਤੋਂ ਨੁਕਸਾਨ ਕਰਵਾਉਂਦੇ ਸੀ ਉਹ ਕਰਵਾ ਲਿਆ ਜੀ।
ਸੋ ਹੁਣ ਉਹ ਚਾਹੁੰਦੇ ਨੇ ਕਿ ਇਹਦੀ ਜਗ੍ਹਾ ਮਤਲਬ ਜਿਹੜਾ ਸਾਡਾ ਜਿਹੜਾ ਕਹਾੜੇ ਦਾ ਦਸਤਾ ਹੈ ਜਿਹੜਾ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲਾ ਉਹ ਕੋਈ ਹੋਰ ਹੋ ਜਾਵੇ, ਬਦਲਣਾ ਬਦਲਣਾ ਉਹ ਵੀ ਚਾਹੁੰਦੇ ਨੇ ਅੰਦਰੋਂ ਅੰਦਰੀ, ਪਰੰਤੂ ਹਾਲਾਤ ਉਹ ਜਿਹੇ ਨਹੀਂ ਬਣ ਰਹੇ, ਇਸ ਕਰਕੇ ਦੋਨੇ ਇੱਕ ਦੂਜੇ ਦੀ ਮਜਬੂਰੀ ਬਣੇ ਹੋਏ ਨੇ। ਸੋ ਉਹ ਉਹਨਾਂ ਨੇ ਬਾਦਲ ਕਿਆ ਨੇ ਸ਼੍ਰੋਮਣੀ ਕਮੇਟੀ ਚੋਣਾਂ ਪਹਿਲਾਂ ਕਰਵਾਉਣ ਲਈ ਇੱਕ ਦਬਾਅ ਬਣਾਇਆ, ਮੋਦੀ ਕਿਆ ਨੇ ਇੱਕ ਉਸ ਗੱਲ ਨੂੰ ਮੰਤਰੀ ਮੰਡਲ 'ਚ ਲਿਆ ਕੇ ਇੱਕ ਪਹਿਲ ਕਰਤੀ ਆ, ਹੁਣ ਅਗਲੀ ਉਹਨਾਂ ਦੇ ਢਿੱਡ 'ਚ ਕੀ ਆ ਜੀ, ਉਹਨਾਂ ਦੀ ਨੀਤੀ ਕੀ ਆ, ਇਹ ਹਾਲੇ ਬਿਲਕੁਲ ਸਾਫ਼ ਨਹੀਂ ਹੈ ਜਿਵੇਂ ਤੁਸੀਂ ਕਿਹਾ, ਕਿਉਂਕਿ ਦੋਨੇ ਧਿਰਾਂ ਇੱਕ ਦੂਜੇ ਪ੍ਰਤੀ ਸਾਫ਼ ਨਹੀਂ, ਇਸ ਕਰਕੇ ਦਾਅ 'ਤੇ ਨੇ ਜੀ, ਉਹ ਆਪਣੇ ਦਾਅ 'ਤੇ ਨੇ, ਉਹ ਆਪਣੇ ਦਾਅ 'ਤੇ ਨੇ, ਉਹ ਦਾਅ ਕੀ ਨੇ ਇਹ ਹੌਲੀ ਹੌਲੀ ਸਾਫ਼ ਹੋਊਗਾ, ਅੱਜ ਦੀ ਤਰੀਕ 'ਚ ਅਸੀਂ ਕੁਛ ਨਹੀਂ ਕਹਿ ਸਕਦੇ। ਕਹਿੰਦੇ ਹਨ ਜਦੋਂ ਰਿਸ਼ਤਿਆਂ 'ਚ ਕੜੱਤਨ ਹੋਵੇ ਤਾਂ ਉਹ ਅਚਾਨਕ ਪਿਆਰ 'ਚ ਬਦਲ ਜਾਵੇ ਤਾਂ ਫਿਰ ਸ਼ੱਕ ਕਰਨਾ ਜਾਇਜ਼ ਹੁੰਦਾ ਹੈ। ਜਿਸ ਤਰ੍ਹਾਂ ਮੋਦੀ ਕੇ ਸਿੱਖਾਂ ਨੂੰ ਖੁਸ਼ ਕਰਨ ਲੱਗੇ ਹੋਏ ਹਨ ਸਹਿਜਧਾਰੀ ਵੋਟਰਾਂ ਦੇ ਵੋਟ ਦੇ ਹੱਕ ਨੂੰ ਰੱਦ ਕਰਕੇ, ਅਤੇ ਦੂਸਰੇ ਪਾਸੇ ਬਾਦਲਕਿਆਂ ਨੂੰ ਸ਼੍ਰੋਮਣੀ ਕਮੇਟੀ ਚੋਣਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਰਵਾ ਕੇ, ਅਤੇ ਤੀਸਰੇ ਪਾਸੇ ਪਾਣੀਆਂ ਦੇ ਮੁੱਦੇ 'ਤੇ ਹਰਿਆਣੇ ਦੇ ਹੱਕ 'ਚ ਖੜ ਕੇ। ਸੋ ਆਉਣ ਵਾਲੇ ਸਮੇਂ ਦੇ ਵਿੱਚ ਮੋਦੀ ਸਰਕਾਰ ਕਿਹੜਾ ਸੱਪ ਕੱਢਦੀ ਹੈ ਇਹ ਸਮਾਂ ਹੀ ਦੱਸੇਗਾ। ਸੋ ਇਹ ਸੀ ਸਾਡਾ ਅੱਜ ਦਾ ਮੁੱਦਾ ਪ੍ਰੋਗਰਾਮ, ਕੱਲ੍ਹ ਨਵੇਂ ਮੁੱਦੇ ਦੇ ਨਾਲ ਤੁਹਾਡੇ ਲਈ ਫਿਰ ਹਾਜ਼ਰ ਹੋਵਾਂਗੇ। ਸਾਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।